الحمد لله الذي نفر قلوبنا بمصائب الحسين الصلوات. أما بعد فقد قال الله تعالى في كتابه المجيد بسم الله الرحمن الرحيم كل نفس ذائقة الموت صلوات واجب الاحترام میرے شیخ صاحبان اس جہان تے جو بھی آیا ہے اس جہان کو چھوڑنا آج چھوڑے کل چھوڑے اس لیے سد مارے جرت نہیں سد خدا مارے تے بندہ لبے ہسن
ਬਾਤਾਂ ਹਸਰਤ ਮੁਸਾਫਰ ਸ਼ਾਹੀ ਮੇਰੀ ਲਾਕਰੀ 23 ਸਾਲ ਲਾਕਰੀ ਮੈਂ ਆਜ਼ਾਦਾਰੀ ਦੇ ਹਵਾਲੇ ਨਾਲ ਜੋ ਵੰਡ ਕਰ ਸਕਿਆ ਕਿ ਆਜ਼ਾਦਾਰੀ ਦੇ ਹਵਾਲੇ ਨਾਲ ਸ਼ੀਆ ਪਾਓ ਮੇਰੇ ਜ਼ਹਿਨ ਦੇ ਮੁਤਾਬਕ ਸ਼ਿਵ ਗੁਰੇ ਵਾਲੇ ਸ਼ੀਆ ਉਸਨੂੰ ਆਦੇ ਨੇ ਜਿਹੜਾ ਬਹਾਨੇ ਬਣਾ ਕੇ ਰੋਲ ਨਹੀਂ ਮੈਂ ਮਜ਼ਾਕ ਕਰਨਾ ਜੀ ਜਿਹੜਾ ਪੁੱਤਰ ਜਵਾਨ ਨੂੰ ਸਿਹਰੇ ਬੰਦਿਆਂ ਰੋ ਪਵੇ ਖੁਸ਼ੀ ਆ ਜਿਹੜਾ ਦਹੀ ਨੂੰ ਦਾਜ ਦਿੰਦਿਆਂ ਰੋ ਪਵੇ ਖੁਸ਼ੀ ਆ ਗਰਮੀ ਦਾ ਮੌਸਮ ਹੋਵੇ ਠੰਡਾ ਪਾਣੀ ਉਹਦੇ ਹੱਥ ਆਵੇ ਉਹਦੇ ਅੱਖਾਂ 'ਚ ਵੱਖਰਾ ਰਾਤ ਖੁਸ਼ੀ ਭੀੜ ਬਾਜ਼ਾਰ ਦੀ ਪਰਦੇਦਾਰ ਨੂੰ ਔਖਿਆਂ ਤੁਰਦਿਆਂ ਵੇਖਿਆ ਉਹਦੀ ਅੱਖਾਂ 'ਚ ਆਸੂ ਆ ਗਏ ਖੁਸ਼ੀ ਸੱਯਦ ਕਾਜ਼ਮੀ ਜੱਜ ਆਈ ਸੁਬਹ ਸੁਬਹ ਆ ਕੇ ਕੁਰਸੀ 'ਤੇ ਬੈਠਾ ਮਲਜ਼ਮ ਪੇਸ਼ ਕਰ ਸੀ ਫਿਰ ਬਾਹਰ ਵੀ ਹੁੰਦਾ ਜਿਹੜਾ ਨਿਦਾਨ ਦਿੰਦਾ ਫਲਾਮ ਮਲਜ਼ਮ ਫਲਾਮ ਔਰਤ ਤੇ ਕੋਈ ਮਲਜ਼ਮ ਨਹੀਂ ਹੈ ਉਹ ਸੁੱਚਾ ਸੱਦ ਮਾਰਿਆ ਜ਼ੈਨਬ ਹਾਜ਼ਰ ਮੈਂ ਸਦਕੇ ਹੋਵਾਂ ਮੀਡੀਆ 'ਤੇ ਬਾਤ ਨਹੀਂ ਬਾਹਰ ਨਿਕਲ ਗਈ ਸੀ ਉਸ ਉੱਥੇ ਕਲਮਦਾਨ ਛੋੜ ਵਾਪਸ ਰੋਂਦਾ ਰੋਂਦਾ ਕਮਰੇ ਦਾ ਹਾਲਤ ਤੋਂ ਬਾਹਰ ਨਿਕਲ ਗਿਆ ਉਹਨਾਂ ਆਖਿਆ ਕੀ ਬਣੇ ਬਣੇ ਮੇਰਾ ਮਾਲਕ ਅਲੀ ਭਾਈ ਦੇ ਬਲ ਦੇ ਮਰਹੂਮ ਦੇ ਦਰਜਾਤ ਬੁਲੰਦ ਕਰੇ ਮੇਰੇ ਹਿੱਸੇ ਦੀ ਖੈਰਾਤ ਮੈਨੂੰ ਮਿਲ ਗਈ ਮੇਰਾ ਆਪਣਾ ਆਵਿਆ ਮੇਰੀ ਮਦਦ ਇੱਕ ਮੈਂ ਕਰਾਂ ਇੱਕ ਅਜ਼ਾਦਾਰ ਮੈਂ ਇੱਕ ਰੋਣ ਵਾਲੇ ਮੋਮਨ ਦਾ ਮੈਂ ਜਾਫਰ ਇਸਦਾ ਨਾਮ ਹੈ ਮੋਮਨ ਨੇ ਮੁਤਕੱਦਬੀਨ ਜ਼ਾਕਰੀ ਨਹੀਂ ਪੜ੍ਹਦੇ ਆ ਖੇਤੀਬਾੜੀ ਦਾ ਕੰਮ ਕਰਦਾ ਹੈ ਕਰਬਲਾ ਤੋਂ ਥੋੜ੍ਹਾ ਜਿਹਾ ਬਾਹਰ 2 ਮੀਲ ਪੈਂਦੇ ਜੰਗਲਾਂ 'ਚ ਖੇਤੀਬਾੜੀ ਦਾ ਕੰਮ ਥੱਕ ਕੇ ਸਹੀ ਕੱਢਣ ਵਾਸਤੇ ਪੈਸਾ ਲੱਗ ਗਿਆ ਫਿਰ ਜਿਹੜਾ ਇੱਕ ਸਿਰਾ ਜ਼ਮੀਨ 'ਤੇ ਦੂਜਾ ਹੱਥੀ ਇੱਧਰ ਵੇਖਿਆ ਸਕੂਲ ਪੱਟੀ ਥੱਕੀ ਹੈ 3 ਮਹਿਮਲ 2 ਮੁਹਾਨੀ ਇੱਕ ਦਾ ਕੱਦ ਛੋਟਾ ਇੱਕ ਦੀ ਕਮਰ ਛੋਟੀ ਹੋਈ ਆਸਮਾਨ ਨਾਲ ਮੂੰਹ ਕਰਕੇ ਸ਼ੀਆ ਹੀ ਨਾ ਬਹਾਨੇ ਬਣਾ ਕੇ ਰਹਿੰਦਾ ਪਹਿਲਾ ਤੇ ਉੱਚਾ ਵੈਣ ਕਰਕੇ ਆਉਂਦਾ ਵਾਹ ਮੇਰਾ ਸਮੀ ਉਨ ਬਸੀਰ ਅੱਲਾ ਐ ਤੇ ਮੁਸਾਫਿਰ ਵਤਨਾਂ ਤੇ ਜਾ ਰਹੇ ਨੇ ਕਦੀ ਮੈਂ ਵੀ ਸੁਣਾਂ ਨਾ ਪਤੂਲ ਦੀਆਂ ਦੀਆਂ ਵੀ ਸੁਣਾਂ ਤੁਸੀਂ ਮੇਰੀ ਜ਼ੁਬਾਨੀ ਸੁਣ ਕੇ ਹਾਈ ਕੀਤੀ ਸੈਯਦ ਆਲਮੀਨ ਦੇ ਮਹਿਮਲ ਜਵਾਨ ਸਜਾਦ ਬੇਟਾ ਜੀ ਅੰਮਾ ਜਾਨ ਫਰਮਾ ਬੇਟਾ ਕਾਫਲਾ ਰੋਕੋ ਮੰਜ਼ਲ ਆ ਗਈ ਅਮਾ ਮੰਜ਼ਲ 'ਤੇ 2 ਮੀਲ ਲੱਗੇ ਕਰਬਲਾ ਹੈ ਜੰਗਲਾਂ 'ਚ ਕਿਹੜੀ ਮੰਜ਼ਲ ਹੈ ਫਰਮਾ ਸਜਾਦ ਆਈ ਦੇ ਬਾਅਦ ਮੇਰੀ ਉਹੀ ਮੰਜ਼ਲ ਹੈ ਜਿੱਥੇ ਤੇਰੇ ਪਿਓ ਦਾ ਕੋਈ ਅਲਦਾਰ ਹੈ ਜਾਣਦੇ ਹਨ ਸਾਡੇ ਤੱਕ ਬਾਤ ਪਹੁੰਚਾਉਣ ਵਾਸਤੇ ਅੰਮਾ ਇੱਥੇ ਕੌਣ ਹੈ ਫਰਮਾ ਉਹ ਜਿਹੜਾ ਮੋਮਨ ਤਨਹਾਈ ਹੈ ਆਪਣੇ ਦੁੱਖਾਂ ਨੂੰ ਨਹੀਂ ਮੇਰੀ ਲੁੱਟੀ ਚੱਲ ਰਹੀ ਸਜਾਦ ਮੈਂ ਜਾਣਦੀ ਹਾਂ ਤੇਰੇ ਜਿਸਮ 'ਚ ਤੇਰਾ ਜਿਗਰ ਜ਼ਿਆਦਾ ਜ਼ਖਮੀ ਹੋਇਆ ਲੇਕਿਨ ਮਾਂ ਸਭ ਕੇ ਥੋੜ੍ਹਾ ਜਿਹਾ ਢੋਲਣਾ ਬੇਟਾ ਅੰਮਾ ਮੈਂ ਲੱਖ ਲੱਖ ਵਾਰੀ ਮੈਂ ਉਸ ਮੋਮਨ ਦੇ ਕਰੀਬ ਜਾ ਉਸ ਨੂੰ ਮੇਰੇ ਮੋਮਨ ਦੇ ਨੇੜੇ ਆਪਣਾ ਅਜ਼ਾਦਾਰ ਮਕਾਮ ਵੇਖੀ ਅੰਮਾ ਤੁਹਾਡੇ ਮਹਿਮਲ ਦੇ ਕਰੀਬ ਫਰਮਾਇਆ ਹਾਂ ਕਿਸੇ ਤਰੀਕੇ ਦੀ ਮਿੰਨਤਕਾਰ ਉਸਨੇ ਇੱਥੇ ਲਿਆ ਮੇਰਾ ਦਿਲ ਕਰਦਾ ਮੈਂ ਭਰਾ ਦੇ ਅਜ਼ਾਦਾਰ ਦਾ ਖੁਦ ਸ਼ੁਕਰੀਆ ਦਸਤਾਰੇ ਸ਼ਬੀਰ ਦਾ ਵਾਰਸ ਇਮਾਮ ਜ਼ਮਾਨਾ ਦਰਦਾਂ ਦਾ ਕੁਰਾਨ ਜਿਹਦਾ ਵਰਤ ਵਰਤ ਉਹ ਇਮਾਮ ਤੁਰਿਆ ਜੀ ਸਖੀ ਨਾਲ ਹਰਿਆ ਘਰ ਉੱਜੜਦਾ ਟੁਰਦੇ ਟੁਰਦੇ ਇਮਾਮ ਪਹੁੰਚੇ ਸਾਡੇ ਬਜ਼ੁਰਗ ਲਾਚਰੇ ਨਕਸ਼ਾ ਹੀ ਪੜ੍ਹਦੇ ਹਨ ਕਿ ਜਿਸ ਵੇਲੇ ਸੈਯਦ ਸਾਜਦੀਨ ਪਹੁੰਚੇ ਇਹ ਮੋਮਨ ਮਿੱਟੀਆਂ 'ਤੇ ਬੈਠ ਚੁੱਕੇ ਬੰਨੇ ਬੰਨੇ ਸਾਨੂੰ ਬੁਲੰਦ ਨੇ ਜ਼ਾਲਮਾਂ 'ਤੇ ਹੱਥ ਨੇ ਹੱਥਾਂ 'ਤੇ ਮੱਥੇ ਅੱਖਾਂ ਪਈਆਂ ਵਸਦੀਆਂ ਮੋਮਨ ਦੇ ਹੱਥੋਂ ਦਾੜੀ ਦੇ ਵਾਲਾਂ 'ਚੋਂ ਲੱਗੇ ਇਮਾਮ ਜ਼ਮਾਨਾ ਸਾਹਮਣੇ ਖਲੋਤੇ ਮੱਥੇ ਦੇ ਹੱਥ ਰੋਮਣ ਆਲਾ ਨਿਗਾਹ ਪਈ ਬੇਵਸ ਮੱਥੇ ਤੇ ਯਾਤਰਾ ਗਿਆ ਅਲੈਕ ਸਲਾਮ ਅਯੋ ਹਜ਼ਈ ਚਿੱਟੀ ਦਾੜੀ ਵਾਲਾ ਬੁੱਢੜਾ ਮੇਰਾ ਵੀ ਸਲਾਮ ਹੋਵੇ ਸੱਜਾ ਦਾ ਦਿਲ ਭੁੱਲ ਗਏ ਬੁੱਢੜਾ ਨਹੀਂ ਮੈਂ ਬਿਮਾਰ
ਅਦੇ ਬਿਮਾਰੇ ਤੇ ਹੁਕਮੇ ਖੁਦਾਬੰਦੀ ਮਰੀਜ਼ ਮਰਦਾਂ ਦਾ ਇਲਾਜ ਕਰਾਏ ਜਾਂ ਕਿਸੇ ਹਕੀਮ ਕੋਲੋਂ ਇਲਾਜ ਕਰਾ ਜਿਗਰ ਤੇ ਹੱਥ ਰੱਖਿਆ ਦੇ ਨੇ ਕੋਈ ਨਹੀਂ ਜਿਹੜਾ ਮੇਰੀਆਂ ਮਰਜ਼ਾਂ ਦਾ ਇਲਾਜ ਕਰੇ ਲੁਕਮਾਨ ਦਾ ਮੈਂ ਖੁਦ ਸਰਦਾਰ ਦੁਨੀਆਂ ਦੇ ਹਕੀਮਾਂ ਕੋਲ ਮੇਰਾ ਇਲਾਜ ਕੋਈ ਨਹੀਂ ਮੋਮਨ ਹੱਥ ਨੂੰ ਪੂੰਜੇ ਅੱਖਣ ਸਾਫ਼ ਕੀਤੀਆਂ ਸਰ ਤੂੰ ਪੈਰਾਂ ਤਾਈਂ ਤਰੇ ਵਾਰੀ ਮਾਂ ਮਲ ਵੇਖ ਮੁਸਾਫਿਰ ਹੋ ਸੱਜਾਦਾ ਦੇ ਨੇ ਜੀ ਆ ਕਿੱਥੋਂ ਆਏ ਹੋ ਫਰਮਾਏ ਲੰਬੇ ਸਫ਼ਰ ਕੀਤੇ ਕਿਉਂ ਪੁੱਛੇ ਮੋਮਨ ਆਦਾ ਬੰਦਾ ਖੁਦਾ ਤੇਰੇ ਨਾਂ ਦਾ ਨਹੀਂ ਪਤਾ ਤੇਰੀ ਜ਼ਾਤ ਦਾ ਨਹੀਂ ਪਤਾ ਕਬੀਲਾ ਖਾਨਦਾਨ ਮੈਂ ਨਹੀਂ ਜਾਣਦਾ ਤੇਰਾ ਚਿਹਰਾ ਦੱਸਦਾ ਤੂੰ ਕਿਸੇ ਅਜ਼ੀਮ ਖਾਨਦਾਨ ਦਾ ਰੁਲੇ ਹੋਇਆ ਫਰਦ ਤੇਰੀ ਜ਼ਾਤ ਜਿਤਨੀ ਕਸ਼ਿਸ਼ ਏ ਮੈਂ ਦਿਲ ਕਰਦਾ ਮੈਂ ਤੇਰੇ ਕੋਲ ਗੱਲਾਂ ਛੁਪਾਵਾਂ ਦਿਲ ਮਜਬੂਰ ਕਰਦਾ ਮੈਂ ਦਸ ਛੋੜਾ ਟੁਰ ਮੈਂ ਤੈਨੂੰ ਉੱਥੇ ਲੈ ਚੱਲਾਂ ਜਿੱਥੇ ਲਾ ਇਲਾਜ ਮਰਲਾਂ ਦਾ ਇਲਾਜ ਹੋ ਸੱਜਾ ਦਿਨ ਤੇਰੀ ਮਿਹਰਬਾਨੀ ਕਿੱਥੇ ਇਲਾਜ ਆਉਂਦਾ ਮੋਮਨ ਸੱਜਾ ਚਾ ਕਹਿੰਦਾ ਉਹ ਜਿਹੜਾ ਸਾਹਮਣੇ ਜੰਗਲ ਨਜ਼ਰ ਦਈ ਬੰਦਿਆਂ ਨੂੰ ਪਤਾ ਕੋਈ ਨਹੀਂ ਜੰਗਲ ਨਹੀਂ ਇਹ ਮੁਹੱਲਾ ਬਣ ਗਿਆ ਕਿੱਥੇ ਉਹ ਸੁੱਤੇ ਪਏ ਜਿਹੜੇ ਲਾ ਇਲਾਜ ਮਰਦਾਂ ਦੇ ਇਲਾਜ ਕਰਦੇ ਨੇ ਨਬੀਆਂ ਦਾ ਇਲਾਜ ਇੱਥੇ ਆਉਂਦਾ ਹੈ ਫਰਿਸ਼ਤਿਆਂ ਦਾ ਇਲਾਜ ਇੱਥੇ ਆਉਂਦਾ ਤੁਰ ਕਰਬਲਾ ਮੈਂ ਤੇ ਲੈ ਚੱਲਾਂ ਹਕੀਮ ਨਬਜ਼ ਵੇਦੇ ਨੇ ਕਰਬਲਾ ਲੈ ਨੀਯਤ ਵੇਦੇ ਨੇ ਮੈਨੂੰ ਯਕੀਨ ਹੈ ਮੇਰੇ ਮਾਲਕਾਂ ਨੂੰ ਤੇਰੀ ਨੀਯਤ ਪਸੰਦ ਆ ਗਈ ਤੇਰੀਆਂ ਮਰਜ਼ਾਂ ਮੁਕਵੇ ਸਨ ਮਿੱਟੀਆਂ ਤੇ ਬਹਿ ਕੇ ਰੋਵੇਂ ਨਾ ਲਿਆ ਸੱਜਾਦ ਮੱਥੇ ਤੇ ਹੱਥ ਰੱਖ ਕੇ ਕਰਬਲਾ ਲਮੋ ਕਰ ਕਹਿੰਦੇ ਲੱਖਾਂ ਸਲਾਮ ਤੇਰੇ ਕਰਬਲਾ ਲਿਆਉਂ ਤੇਰੀ ਮਿਹਰਬਾਨੀ ਉਹ ਬੰਦਾ ਖੁਦਾ ਹਰ ਮਰੀਜ਼ ਦਾ ਇਲਾਜ ਕਰਬਲਾ ਮੌਜੂਦ ਹੈ ਅੱਲਾ ਦੀ ਕਾਇਨਾਤ ਵਿੱਚ ਇੱਕੋ ਮੈਂ ਗਰੀਬ ਹਾਂ ਜਦਨ ਮੈਂ ਵਜਰੇ ਮੇਰੀਆਂ ਮਰਲਾ ਹੋਰ ਕੋਈ ਨਹੀਂ ਮੇਰਾ ਇਲਾਜ ਕਰ ਭਲਾ ਅੱਜ ਵੀ ਕਿਸੇ ਸ਼ੀਆ ਨਾ ਤੋਂ ਮੇਰਾ ਇਲਾਜ ਕਰ ਭਲਾ ਕੋਈ ਨਹੀਂ ਮੋਮਨ ਨੂੰ ਦਿਲ ਦੁਖਦਾ ਹੈਰਾਨ ਹੋ ਕੇ ਕਹਿੰਦਾ ਕੀ ਮਰਜ਼ੀ ਤੁਹਾਡੀ ਜਿਹਦਾ ਇਲਾਜ ਕਰ ਭਲਾ ਨਹੀਂ ਸੱਜਾਦਾ ਦਿਨ ਵਹਿਰਾ ਕਿੱਥੋਂ ਲੱਗੀ ਜੇ ਸੱਜਾਦਾ ਦਿਨ ਬਾਜ਼ਾਰਾਂ ਚ ਅਦੇ ਬੰਦੇ ਖੁਦਾ ਗੱਲਾਂ ਰਾਤ ਵਾਲੀਆਂ ਕਰਨਾ ਅੱਖਾਂ ਤੇਰੀਆਂ ਰਾਤ ਵਾਲੀਆਂ ਨੇ ਸਮਝ ਨਹੀਂ ਆਈ ਜ਼ਰਾ ਸਮਝਾ ਕੇ ਮਰਦੇ ਗੈਰਤ ਸੱਜਾ ਜਿਗਰ ਦੇ ਹੱਥ ਰੱਖਿਆ ਦੇ ਨਵੇਦਰ ਹੈ ਨਾ ਆਪ ਰੋ ਨਾ ਮਿਨਰਵਾਦ ਨਹੀਂ ਨਹੀਂ ਮੈਂ ਪੁੱਛਣਾ ਚਾਹੁੰਦਾ ਹੈ ਗੈਰਤ ਦੀ ਮਰਜ਼ ਕੀ ਹੈ ਸ਼ੀਆਂ ਸੁਣੀਆਂ ਉਹ ਸੱਜਾ ਜਿਗਰ ਦੇ ਹੱਥ ਰੱਖਿਆ ਦੇ ਨੇ ਪੁੱਛੇ ਤੇ ਵੱਧ ਸੁਣ ਮੇਰੀ ਪਹਿਲੀ ਮਰਜ਼ੇ ਮੇਰੀ ਮਾਂ ਦਾ ਬੁਰਕਾ 80,000 ਬਦਮਾਸ਼ਾਂ ਦੇ ਮਜਲ ਮੇਰੀ ਦੂਜੀ ਮਰਦੇ ਦਾ ਮੁਹਰਮ ਦੀ ਗੱਲ ਦਾ ਵੇ ਲਾਈ ਕੁੱਤੇ ਮੇਰੀ ਭੈਣ ਦਾ ਦਾਜ ਲੁੱਟਦੇ ਰਹੇ ਮੈਂ ਅੱਖੀ ਨਾਲ ਵੇਖਦਾ ਰਹੇ ਮੇਰੀ ਤ੍ਰੀਜੀ ਮਰਦੇ ਬੇਗੈਰਤ ਕਰਬਲਾ ਤੂੰ ਸ਼ਾਮ ਤਾਈ ਮੇਰੀ ਭੈਣ ਨੂੰ ਤਮਾਚੇ ਮਾਰਦੇ ਰਹੇ ਦੁਰ ਵੀ ਲਹੇ ਅੱਖਾਂ ਚੋਂ ਅੱਥਰੂ ਵੱਧੇ ਆ ਪਰ ਮੈਂ ਦਿਨ ਮੈਨੂੰ ਛੋੜ ਤੂੰ ਕਿਉਂ ਰੁੱਲੇ ਅਦਾ ਜੀ ਮੇਰਾ ਕੋਈ ਜਾਤੀ ਨੁਕਸਾਨ ਹੈ ਤਕੀਏ ਦਾ ਦੌਰ ਆਈ ਮੋਮਨ ਛੁਪਾਏ ਮਾਮਾ ਦੇ ਨਾ ਲੁਕਾ ਜਿਨ ਜੰਗਲਾਂ ਚ ਰੋਵੇ ਉਹਦੀਆਂ ਭੈਣਾਂ ਦਾ ਵਾਸਤੇ ਭੈਣਾਂ ਦਾ ਨਾਮ ਹੈ ਬਿਲ ਚੱਪਰਾ ਸੱਚਿਆ ਦੇ ਵਾਸਤਾ ਕਦੀ ਤੇ ਨਾ ਸੁਣ ਮੇਰਾ ਮੁਰਸ਼ਦ ਹੈ ਜਿਹਦਾ ਨਾਮ ਹੁਸੈਨ ਇਬਨ ਅਲੀ ਸਾਲ ਪਹਿਲੇ ਜੰਗਲ ਹੀ ਮਾਰਿਆ ਨੇ ਯਾਰਾ ਮੁਹਰਮ ਹੈ ਮੇਰੇ ਪੀਰ ਦੀਆਂ ਭੈਣਾਂ ਕੈਦ ਕਰਕੇ ਸ਼ਾਮੀ ਸ਼ਾਮ ਲੈ ਗਏ ਮੋਮਿਨਾ ਮੈਨੂੰ ਕਾਫਲਾ ਗੁਜ਼ਰਦਾ ਨਜ਼ਰ ਆਇਆ ਮੈਨੂੰ ਸੈਯਦਾਂ ਦੀਆਂ ਯਾਦ ਆਈਆਂ ਤਾਰੁਨਾ ਸਜਾਦਾ ਦੇ ਉਹ ਮੇਰਾ ਕਾਫਲਾ ਉਹਦਾ ਸਲਾਰ ਮੈਂ ਮੋਮਨ ਹਾਲੇ ਨਹੀਂ ਸਮਝਿਆ ਦਾ ਮੁਸਾਫਿਰਾ ਕੋਈ ਰਾਮ ਪੁੱਛ ਨਹੀਂ ਪੁੱਛ ਕੋਈ ਸ਼ਾਇ ਮੰਗਣੀ ਆ ਮੰਗ ਟੁਰ ਜਾ ਮੈਨੂੰ ਰੋਣ ਦੇ ਸਜਾਦਾ ਦੇ ਨਾ ਮੈਂ ਪੁੱਛਣ ਵਾਲਾ ਨਾ ਮੈਂ ਮੰਗਣ ਮੈਨੂੰ ਵੀ ਰੋਣ ਨਾਲ ਵਪਾਰੇ ਤੂੰ ਰੋਂਦਾ ਸੋਹਣਾ ਲੱਗਣਾ ਮੇਰਾ ਦਿਲ ਕਰਦਾ ਮੈਂ ਤੇਰੇ ਗੱਲ ਬਾਈ ਪਾ ਕੇ ਰੋਵਾਂ ਮੋਮਨਾ ਦਾ ਮੈਂ ਤੇ ਪੀਰ ਨੂੰ ਰੋਣਾ ਸਜਾਦਾ ਦਿਨ ਮੈਂ ਵੀ ਤੇਰੇ ਪੀਰ ਸ਼ਬੀਰ ਨੂੰ ਰੋਣਾ ਫਰਕ ਕਿਤਨਾ ਤੂੰ ਅਕਬਰ ਦੇ ਬਾਬੇ ਨੂੰ ਪਾਣੀ ਰੋਣਾ ਮੈਂ ਜ਼ਹਰਾ ਦੇ ਪੁੱਤਰ ਨੂੰ ਰੱਬ ਤੇ ਰੋਣਾ ਹੈਰਾਨ ਹੋ ਕੇ ਦਾ ਸ਼ੀਆ ਇਮਾਮ ਦੇ ਨਾਂ ਮੈਂ ਸ਼ੀਆ ਨੇ ਹੁਸੈਨ ਚ ਅਦੇ ਆਵਾ ਕੱਲ ਦਾ ਪਰਾ ਕਿਉਂ ਖਲੋਦਾ ਗੱਲ ਚ ਮੈਂ ਰਲ ਕੇ ਰੋਈਏ ਉਹ ਖਲ ਥਈ ਅਕਬਰ ਦਾ ਬਾਬਾ ਸੈਯਦ ਸਾਜਦੀਨ ਦੇ ਨੇ ਇੱਥੇ ਨਹੀਂ ਰੋਣਾ ਜਿਹੜੇ ਮਹਮਲ ਵੇਖੀ ਨੂੰ ਨਜ ਮੇਰੀਆਂ ਪਰਦੇਦਾਰ ਖੁਫੀਆਂ ਨੇ ਸਾਰੀਆਂ ਅਜ਼ਾਦਾਰਾਂ ਨੇ ਹੁਸੈਨ ਤੁਰ ਸਾਰਾ ਕਾਫਲਾ ਸ਼ੀਆਂ ਦੇ ਅੱਗੇ ਅੱਗੇ ਇਮਾਮ ਪਿੱਛੇ ਪਿੱਛੇ ਮੋਮਨ ਮੁੱਕ ਗਈ ਮੇਰੀ ਮਜਲਿਸ ਮਹਮਲ ਕੋਲ ਖਲੋ ਕੇ ਪਾ ਦੇ ਅੰਮਾ ਮੋਮਨ ਆ ਗਏ ਆਲੀਆ ਦਾ ਆਵਾਜ਼ ਹੈ ਸਜਾ ਦੇ ਨਾ ਹੋਵੇਣ ਹੁਣ ਕਰੇ ਜਿਹੜਾ ਕੱਲਿਆ ਕਰਦਾ ਆ ਮੈਂ ਲੱਖ ਲੱਖ ਵਾਰੀ ਕਰਾਂ ਆਸਮਾਨ ਨਾਲ ਮੂੰਹ ਕਰਕੇ ਮੋਮਨ ਵੈਣ ਕਰਕੇ ਦਾ ਉਹ ਮੇਰਾ ਅੱਲਾ ਕੋਈ ਮੁਸਾਫਿਰ ਵਤਨਾ ਤੇ ਵੱਲੇ ਰਹਿ ਮੇਰੇ ਮੈਂ ਕਦਰ ਸੁਣ ਸਾ ਜ਼ਹਰਾ ਦੀ ਅੰਧੀਆਂ ਸ਼ਾਨ ਮੇਰੀ
ਦੀ ਜ਼ੁਬਾਨੀ ਸੁਣ ਕੇ ਸ਼ਹੂਪੁਰਿਆ ਨੇ ਰੋਨੇ ਹੋ ਆਲੀਆ ਦੇ ਮਹਿਮਲ ਜਵਾਲ ਖੁੱਲ ਗਏ ਇੱਕ ਵੈਨ ਕੀਤੇ ਦੂਆ ਤ੍ਰੀਆ ਵੈਨ ਕਰਨ ਤੋਂ ਪਹਿਲੇ ਮੋਮਨ ਚੁੱਪ ਕਰਕੇ ਆਪਣੇ ਆਪ ਨੂੰ ਤੇ ਇਹ ਉਹ ਨਾ ਹੋਵੇ ਮੈਂ ਹੁਸੈਨ ਦਾ ਨਾਂ ਰਹਿਣਾ ਨਾ ਇੰਜ ਮਾਰਦੀ ਹੈ ਜਿਵੇਂ ਸਕੀਆਂ ਹੋ ਚੁੱਪ ਨਾ ਕਰੇ ਵਹਿਣ ਕਰੇ ਮੈਂ ਬਾਗੀ ਦੀ ਵਹਿਣ ਸੁਣ ਸੁਣ ਫਰਕ ਪਈ ਸੱਜਾਦ ਮੋਮਨ ਦੇ ਮੋਨੇ ਤੇ ਹੱਥ ਰੱਖ ਕੇ ਦਿਨ ਵਹਿਣ ਕਰ ਮੇਰੀ ਮਾਂ ਜੰਨਤ ਦੀ ਲਾਮ ਨਹੀਂ ਸ਼ਿਵਪੁਰੇ ਵਾਲਿਆ ਜੰਨਤ ਦਾ ਨਾਮ ਹੈ ਖਲੋਤਾ ਮੋਮਨ ਮੂੰਹ ਦੇ ਬਹਾਰ ਮਿੱਟੀ ਦੇ ਜਹਰ ਪੈ ਹੱਥ ਵੱਧ ਜਾਂਦਾ ਤੇਰੇ ਲਹਿਜੇ ਚ ਝੂਠ ਕੋਈ ਨਹੀਂ ਸੱਚੀ ਦੱਸ ਜਿਹੜੀ ਜੰਗਲ ਖਲੋ ਕੇ ਜੰਤਾ ਪੈ ਦੇਂਦੀ ਏ ਕੋਈ ਮਦੀਨੇ ਵਾਲੀ ਜ਼ੈਨਾ ਵੇ ਸੱਚਾ ਤਰਾ ਤਰੋ ਕਿਆ ਦਿਨੇ ਗੱਲ ਨਾ 18 ਫਿਰਾਵਾਂ ਦੀ ਓ ਭੈਣੇ ਮੈਂ ਤੇਰੇ ਪੀਰ ਦਾ ਪੁੱਤਰ ਸੱਜਾ ਦਾ ਸੱਚਾ ਤਰਾ ਮੈਂ ਮੋਮਨ ਹੱਥ ਬੰਨ ਕੇ ਖਲੋ ਗਿਆ ਮੈਂ ਤੇਰੇ ਲਹਿਜੇ ਚ ਝੂਠ ਕੋਈ ਨਹੀਂ ਜੇ ਤੂੰ ਸੱਚਾ ਦੇ ਮੇਰਾ ਇਮਾਮ 24 ਸਾਲਾਂ ਦਾ ਜਵਾਨ ਆਈ ਚੋਰੀ ਕਿੱਥੇ ਜਿੱਤੀ ਹੋਈ ਆ بسم اللہ الرحمن الرحیم السلام علیکم یا ابا عبد اللہ الحسن چھواں معصوم فرمائے جڑا بندہ جلدی زیارت قبر حسین نہ کر سکے وہ صبح دی نماز کربلا دنوں کر کے ہی تو جی آکے السلام علیکم یا ابا عبد اللہ الحسن معصوم فرمانے نو اینے سمجھے میں قبر حسین دا طواف شروع کر مڑے دانا اور سلجھے ہوئے چہرے میرے سامنے حاجی نواز علی عمران پتر سادا اللہ ہور بخت دے والدین دے مولا درجات علی علیہ السلام دا ایک فرمان ہے کہ 17ویں پشت وچ بھی اگر علی دا شریعہ جمنا ہے تو اس بندے تے تلوار علی دی نہیں چلدی